ਸਤਿ ਸ੍ਰੀ ਅਕਾਲ ਜੀ। ਅੱਜ ਅੱਜ ਦਿਖਾਵਾਂਗੇ ਤੁਹਾਨੂੰ ਆਪਾਂ ਸਬਜ਼ੀਆਂ ਦੇ ਲਈ ਪਨੀਰੀ ਤਿਆਰ ਕੀਤੀ ਹੈ ਲਿਫਾਫਿਆਂ 'ਚ। ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸ਼ੇਅਰ ਕਰੋ, ਬਾਕੀਆਂ ਤੋਂ ਵੀ ਸਬਸਕ੍ਰਾਈਬ ਕਰਾਓ ਆਪਣੇ ਫਰੈਂਡਸ ਤੋਂ। ਅਤੇ ਹੁਣ ਗੱਲ ਆਪਾਂ ਕਰਦੇ ਹਾਂ ਵੇਲਾਂ ਦੀ। ਇਹ ਆਪਾਂ ਠੰਡ ਦੇ ਵਿੱਚ ਵੇਲਾਂ ਤਿਆਰ ਕੀਤੀਆਂ ਆ, ਦੁਕਾਨਾਂ ਤੋਂ ਲਿਆਉਣ ਦੀ ਲੋੜ ਨਹੀਂ ਹੈਗੀ, ਘਰੇ ਤੁਸੀਂ ਆਪ ਤਿਆਰ ਕਰ ਸਕਦੇ ਹੋ। ਕਈ ਬੀਜ ਲਿਆਓ, ਲਿਫਾਫੀਆਂ ਦੇ ਵਿੱਚ ਢੇਰ ਅਤੇ ਮਿੱਟੀ ਨੂੰ ਮਿਕਸ ਕਰਕੇ ਲਿਫਾਫੀਆਂ ਭਰ ਲਓ, ਠੀਕ ਹੈ ਜੀ। ਅਤੇ ਫਿਰ ਵਿੱਚ ਬੀਜ ਲਾ ਕੇ ਆਹ ਤਰਪਾਲ ਆ ਜਿਹੜੀ ਆਪਾਂ ਕੋਠਿਆਂ 'ਤੇ ਦਿੰਦੇ ਹਾਂ, ਯੂਜ਼ ਕਰਦੇ ਹਾਂ ਆਪਾਂ ਘਰਾਂ ਦੇ ਵਿੱਚ ਲਿਆਉਂਦੇ ਹੁੰਦੇ ਆਪਾਂ ਤਰਪਾਲ, ਇਹ ਉਹ ਤਰਪਾਲ ਹੈ ਨੋਰਮਲ। ਇਹ 'ਚ ਲਾਏ ਹੋਈਆਂ ਆਪਾਂ ਕਰੇਲੇ, ਖੀਰੇ, ਦੋ ਤਰ੍ਹਾਂ ਦੇ ਕੱਦੂ, ਵੱਡ ਅਤੇ ਟਿੰਡੇ, ਇਹ ਵਰਾਇਟੀਆਂ ਆਪਾਂ ਲਾਈਆਂ ਆ। ਅਤੇ ਬਾਕੀ ਬੀਜ ਬਚ ਗਿਆ ਸੀ ਜਿਹੜਾ, ਉਹ ਇੱਥੇ ਢੇਰ ਪਾ ਕੇ ਰੂੜੀ ਦਾ ਭੁਰਿਆ ਹੋਇਆ, ਫਿਰ ਥੋੜ੍ਹੀ ਜਿਹੀ ਉੱਤੇ 1 ਇੰਚੀ ਮਿੱਟੀ ਪਾਈ, ਫਿਰ ਉੱਪਰ ਬੀਜ ਘੇਰ ਕੇ ਫਿਰ ਉੱਤੇ ਮਿੱਟੀ ਪਾਤੀ 1 ਇੰਚ, ਅਤੇ ਉਹ ਵੀ ਨਿਕਲਿਆ ਆ। ਅਤੇ ਢੇਰ ਦੇ ਥੱਲੇ ਫੱਕ ਸੁੱਟੀ ਹੋਈ ਆ ਜਿਹਦੇ ਕਰਕੇ ਪੱਟਣਾ ਸੌਖਾ ਰਹੂਗਾ। ਇਹ ਐਤਕੀ ਤਜਰਬਾ ਕੀਤਾ ਆ ਇਹ ਨਵਾਂ, ਕਿ ਇੱਦਾਂ ਵੀ ਪਨੀਰੀ ਬੀਜ ਕੇ ਲਾ ਸਕਦੇ ਹਾਂ ਜਾਂ ਨਹੀਂ, ਇਹ ਐਤਕੀ ਪਤਾ ਲੱਗੂਗਾ ਪਨੀਰੀ ਵਧੀਆ ਉੱਗ ਰਹੀ ਆ। ਆਪਣੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਠੀਕ ਹੈ ਜੀ, ਪਹਿਲਾਂ ਦੇਖੋ ਬਹੁਤ ਵਧੀਆ ਨਿਕਲੀਆਂ ਆ, ਹਲੇ ਨਿਕਲ ਰਹੀਆਂ ਆ। ਇਹ ਅੱਧੀਆਂ ਨਿਕਲੀਆਂ, ਅੱਧੀਆਂ ਨਹੀਂ ਨਿਕਲੀਆਂ। ਇਹਨਾਂ ਦਾ ਕਾਰਨ ਇਹ ਆ ਕਿ ਪਹਿਲਾਂ ਮੈਂ ਇਹਨੂੰ ਸਿਆਲ ਦੇ ਵਿੱਚ ਹੀ ਇੱਦਾਂ ਖੁੱਲ੍ਹੇ 'ਚ ਲਿਫਾਫੀਆਂ ਦੇ ਵਿੱਚ ਬੀਜ ਲਾ ਕੇ ਰੱਖਤਾ ਸੀਗਾ ਅਤੇ ਉਂਗਰ ਨਹੀਂ ਰਹੇ ਸੀ। ਫਿਰ ਮੇਰੇ ਦਿਮਾਗ 'ਚ ਆਇਆ ਕਿ ਯੂਟਿਊਬ ਤੋਂ ਦੇਖ ਕੇ ਕਿ ਇਹਨਾਂ ਦਾ ਕੋਈ ਹੱਲ ਕਰੀਏ। ਫਿਰ ਮੈਂ ਦੇਖਿਆ ਕਿ ਲੋ ਟਰਨਲ ਦੇ ਵਿੱਚ ਪੋਲੀ ਹਾਊਸ ਬਣਾ ਕੇ ਉਹਦੇ ਵਿੱਚ ਆਪਾਂ ਪਨੀਰੀ ਤਿਆਰ ਕਰ ਸਕਦੇ ਹਾਂ, ਤਾਂ ਇਹ ਬੀਜ ਨਿਕਲਣੇ ਸ਼ੁਰੂ ਹੋਏ ਆ ਠੰਡ ਦੇ ਵਿੱਚ। ਇਹ 15 ਦਿਨਾਂ ਦੇ ਆ, ਇਹ 15 ਦਿਨ ਹੋ ਗਏ ਇਹਨਾਂ ਨੂੰ ਲਾਇਆ ਨੂੰ, ਅਤੇ ਹੁਣ ਬਾਹਰ ਆ ਗਿਆ ਬਹੁਤ ਵਧੀਆ। ਬਾਕੀ ਵੀ ਆ ਰਹੇ ਆ ਬਹੁਤ ਵਧੀਆ ਬਾਹਰ। ਸਾਰੇ ਬਾਹਰ ਨਿਕਲ ਰਹੇ ਆ, ਆ ਨੋਰਮਲ ਤਾਰ ਸੀਗੀ। ਆਪਾਂ ਔਰਗੈਨਿਕ ਸਬਜ਼ੀਆਂ ਘਰੇ ਉਗਾਈ ਦੀਆਂ ਆ, ਕਿਚਨ ਗਾਰਡਨ, ਮੱਕੀ ਵੀ ਘਰੇ ਲਾਈ ਆ ਚੱਬਣ ਦੇ ਲਈ, ਮੱਕੀ ਵੀ ਨਿਕਲੇ। ਆਪਾਂ ਮੂਲੀਆਂ ਦੇ ਡੱਕ ਲਾਏ ਸੀਗੇ ਵੱਢ ਕੇ, ਅਤੇ ਇਹਨਾਂ ਦੇ ਮੂੰਗਰੇ ਤਿਆਰ ਹੋਣਗੇ, ਇਹ ਵੀ ਚੱਲ ਪਏ ਆ। ਆਪਾਂ ਗੋਭੀ ਲਾਈ ਆ, ਹਾਂ ਇਹ ਜਾ ਕੇ ਗਰਮੀ 'ਚ ਤਿਆਰ ਹੋਊਗੀ।